ਅਲੀਸ਼ਾ ਟਿਕ ਟਿਕੀ ਲਗਾ ਕੇ ਦੇਖ ਰਿਹਾ ਆ, ਟਿਕ ਟਿਕੀ ਲਗਾ ਕੇ ਦੇਖ ਰਿਹਾ ਆ। ਜਦੋਂ ਉੱਪਰ ਅਲੀਸ਼ਾ ਚਲੇ ਗਿਆ, ਉਹ ਗੋਦੜੀ ਲੋਈ ਜਿਹੜੀ ਉਹ ਆਪਣੇ ਤੇ ਰੱਖਦਾ ਸੀ, ਉਹ ਗੋਦੜੀ ਉਹਨੇ ਅਲੀਸ਼ਾ ਦੇ ਉੱਪਰ ਸੁੱਟ ਦਿੱਤੀ। ਕਹਿੰਦਾ ਧਿਆਨ ਰੱਖੀ, ਕਹਿੰਦਾ ਜਦੋਂ ਮੈਂ ਉੱਪਰ ਉਠਾਇਆ ਜਾ ਰਿਹਾ ਹੋਵਾਂ, ਕਹਿੰਦਾ ਮੈਨੂੰ ਦੇਖਦਾ ਰਵੀ, ਦੈਟਸ ਆਲ। ਆਮੀਨ। ਮੈਨੂੰ ਕੀ ਕਰੀ? ਦੇਖਦਾ ਰਵੀ, ਮੈਨੂੰ ਦੇਖਦਾ ਰਵੀ। ਟਾਈਮ ਆ ਗਿਆ। ਵਚਨ ਦੇ ਵਿੱਚ ਲਿਖਿਆ ਅਗਨੀ ਰੱਥ ਸਵਰਗ ਤੋਂ ਆ ਗਏ, ਅਗਨੀ ਰੱਥ ਉਹਨਾਂ ਨੇ ਏਲੀਆ ਨੂੰ ਘੇਰ ਲਿਆ। ਅਲੀਸ਼ਾ ਨੂੰ ਵੱਖਰਾ ਕਰ, ਇੱਕ ਵਾਵ ਰੋਲ ਆ ਗਿਆ। ਏਲੀਆ ਘੇਰਿਆ ਗਿਆ ਉਸ ਅਗਨੀ ਰੱਥਾਂ ਦੇ ਵਿੱਚ, ਉੱਪਰ ਉਠਾਏ ਜਾਣ ਲੱਗ ਪਿਆ। ਜਦੋਂ ਵਾਵ ਰੋਲ ਆਉਂਦਾ ਆ, ਤੁਸੀਂ ਦੇਖਿਆ ਹੋਣਾ ਆ, ਮਿੱਟੀ ਉੱਡਦੀ, ਕੱਟਾ ਉੱਡਦਾ, ਸਭ ਕੁਛ ਹੋਣ ਦੇ ਬਾਵਜੂਦ ਅਲੀਸ਼ਾ ਦੀਆਂ ਅੱਖਾਂ ਕਿਹਦੇ ਤੇ ਲੱਗੀਆਂ ਨੇ? ਹਾਂ, ਏਲੀਆ ਤੇ ਲੱਗੀਆਂ ਹੋਈਆਂ ਨੇ। ਮਿੱਟੀ ਦੀ ਪਰਵਾਹ ਨਹੀਂ ਕਰਦਾ, ਮਿੱਟੀ ਬੜੀ ਮਿੱਟੀ ਪਰਵਾਹ ਨਹੀਂ ਕਰਦਾ। ਉਹਨੂੰ ਪਤਾ ਜੇ ਮੈਂ ਨਾ ਦੇਖਿਆ, ਜੇ ਮੈਂ ਮਿਸ ਕਰ ਗਿਆ ਤੇ ਮੈਂ ਡਬਲ ਅਨੋਇੰਟਿੰਗ ਨਹੀਂ ਲੈ ਸਕਦਾ। ਸਾਰੇ ਸਮਝ ਰਹੇ ਹੋ ਕਿ ਨਹੀਂ ਸਮਝ? ਉਹਦੇ ਦਿਲ ਦੇ ਵਿੱਚ ਡਿਜ਼ਾਇਰ, ਇੱਛਾ ਇੰਨੀ ਸੀ ਕਿ ਕੁਛ ਵੀ ਹੋ ਜਾਏ, ਅੱਖਾਂ 'ਚ ਮਿੱਟੀ ਪੈਂਦੀ ਹੈ ਤੇ ਪੈ ਜਾਵੇ, ਲੇਕਿਨ ਮੈਂ ਏਲੀਆ ਨੂੰ ਤੱਕਦੇ ਰਹਿਣਾ ਆ ਜਦ ਤੱਕ ਉਹ ਮੇਰੀਆਂ ਅੱਖਾਂ ਤੋਂ ਅਲੋਪ ਨਹੀਂ ਹੋ ਜਾਂਦਾ। ਆਮੀਨ। ਉੱਚੀ ਬਾਅਦ ਵਿੱਚ ਬੋਲੀਏ ਆਮੀਨ। ਜਦੋਂ ਉੱਪਰ ਉਠਾਇਆ ਜਾ ਰਿਹਾ ਆ, ਅਲੀਸ਼ਾ ਟਿਕ ਟਿਕੀ ਲਗਾ ਕੇ ਦੇਖ ਰਿਹਾ ਆ, ਟਿਕ ਟਿਕੀ ਲਗਾ ਕੇ ਦੇਖ ਰਿਹਾ ਆ। ਜਦੋਂ ਉੱਪਰ ਅਲੀਸ਼ਾ ਚਲੇ ਗਿਆ, ਉਹ ਗੋਦੜੀ ਲੋਈ ਜਿਹੜੀ ਉਹ ਆਪਣੇ ਤੇ ਰੱਖਦਾ ਸੀ, ਉਹ ਗੋਦੜੀ ਉਹਨੇ ਅਲੀਸ਼ਾ ਦੇ ਉੱਪਰ ਸੁੱਟ ਦਿੱਤੀ। ਉਹ ਨਿਸ਼ਾਨ ਸੀ ਕਿ ਡਬਲ ਮੱਸਾ ਅਲੀਸ਼ਾ ਤੇ ਆ ਕੇ ਟਿਕ ਚੁੱਕਿਆ ਹੈ। ਜਿਸ ਤਰ੍ਹਾਂ ਤੁਸੀਂ ਮੈਨੂੰ ਟਿਕ ਟਿਕੀ ਲਗਾ ਕੇ ਦੇਖ ਰਹੇ ਹੋ, ਮੈਂ ਪ੍ਰਭੂ ਦੇ ਆਤਮਾ ਦੇ ਵਿੱਚ ਬਲੀਵ ਕਰੋ ਦੇਖ ਰਿਹਾ ਵਾਂ, ਮੱਸਾ ਨਿਕਲ ਕੇ ਤੁਹਾਡੀ ਲਾਈਫ ਦੇ ਉੱਪਰ ਆ ਰਿਹਾ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਤਮਾ ਦੇ ਸਰਕਲ ਦੇ ਵਿੱਚ, ਯੂ ਨੋ, ਸਮ ਟਾਈਮ ਤੁਸੀਂ ਨਹੀਂ ਦੇਖ ਸਕਦੇ ਕਿ ਕੀ ਹੁੰਦਾ ਹੈ, ਲੇਕਿਨ ਆਈ ਕੈਨ ਸੀ ਜੋ ਆਤਮਾ ਦੇ ਰਲਮ ਦੇ ਵਿੱਚ ਹੋ ਜਾਂਦਾ ਆ। ਆਮੀਨ। ਉੱਚੀ ਬਾਅਦ ਵਿੱਚ ਬੋਲੀ ਆਮੀਨ। ਜਦੋਂ ਉਹ ਗੋਦੜੀ ਅਲੀਸ਼ਾ ਦੇ ਉੱਪਰ ਆਣ ਕੇ ਟਿਕ ਗਈ, ਏਲੀਆ ਅਲੋਪ ਹੋ ਗਿਆ। ਯਰਦਨ ਨਦੀ ਨੂੰ ਉਹਨਾਂ ਨੇ ਪਾਰ ਕੀਤਾ ਸੀ, ਹੁਣ ਯਰਦਨ ਨਦੀ ਹੁਣ ਇਕੱਲਾ ਹੈ। ਉਹਨੇ ਯਰਦਨ ਨਦੀ, ਉਸ ਨਦੀ ਦਾ ਨਾਮ ਸੀ ਯਰਦਨ, ਉਹਨਾਂ ਨੂੰ ਪਾਰ ਕਰਨਾ ਹੈ। ਕੋਈ ਬੇੜੀ ਨਹੀਂ ਹੈਗੀ, ਬਹੁਤ ਮੁਸ਼ਕਲ ਇਸ ਬੇੜੀ ਨੂੰ ਪਾਰ ਕਰਨਾ। ਉਹਨੇ ਗੋਦੜੀ ਲਈ, ਉਹ ਸਾਰੇ ਸਮਝ ਰਹੇ ਹੋ, ਜਿਹੜੀ ਏਲੀਆ ਦੀ ਗੋਦੜੀ ਸੀ। ਕਹਿੰਦਾ ਮੈਂ ਏਲੀਆ ਦੇ ਪਰਮੇਸ਼ਵਰ ਨੂੰ ਪੁਕਾਰਦਾ ਵਾਂ, ਕਿੱਥੇ ਹੈ ਏਲੀਆ ਦਾ ਪਰਮੇਸ਼ਵਰ? ਉਹਨੇ ਪੁਕਾਰ ਕੇ ਜਦੋਂ ਉਹ ਗੋਦੜੀ ਪਾਣੀ ਦੇ ਉੱਪਰ ਮਾਰੀ, ਪਵਿੱਤਰ ਵਚਨ ਵਿੱਚ ਲਿਖਿਆ ਯਰਦਨ ਦਾ ਪਾਣੀ ਦੋ ਭਾਗ ਹੋ ਗਿਆ। ਅੱਜ ਉਹ ਗੋਦੜੀ ਤੁਹਾਡੇ ਲਈ ਕੀ ਹੈ? ਸੁਣ ਲਓ ਧਿਆਨ ਦੇ ਨਾਲ, ਉਹ ਗੋਦੜੀ ਅੱਜ ਤੁਹਾਡੇ ਲਈ ਕੀ ਹੈ? ਅੱਜ ਤੁਸੀਂ ਕਿਹੜੀ ਗੋਦੜੀ ਦੇ ਨਾਲ ਜਾ ਰਹੇ ਹੋ? ਪ੍ਰਭੂ ਦਾ ਆਤਮਾ ਮੈਨੂੰ ਬੋਲ ਰਿਹਾ, ਪ੍ਰਭੂ ਤੁਹਾਡੇ ਮੂੰਹ ਦੇ ਵਿੱਚ, ਤੁਹਾਡੀ ਜ਼ੁਬਾਨ ਦੇ ਵਿੱਚ ਅੱਜ ਆਪਣੀ ਅਗਨੀ ਨੂੰ ਭਰ ਰਿਹਾ ਆ। ਜਦੋਂ ਬੋਲੋਗੇ ਗੋਡ ਆਫ ਫਿਲਿਪੀ ਯਹੋਸ਼ੂਆ, ਵੇਅਰ ਇਜ਼, ਕਿੱਥੇ ਹੈ? ਮੈਂ ਕਮਾਂਡ ਕਰਦਾ ਵਾਂ, ਐ
ਬਿਮਾਰੀ ਇਸ ਪਰਸਨ ਦੇ ਵਿੱਚੋਂ ਨਿਕਲ ਜਾ, ਇਹ ਗਰੀਬੀ ਇਸ ਪਰਸਨ ਦੇ ਵਿੱਚੋਂ ਨਿਕਲ ਜਾ। ਤੁਹਾਡੇ ਸ਼ਬਦ ਗੋਦੜੀ ਦੀ ਤਰ੍ਹਾਂ ਕੰਮ ਕਰਨਗੇ, ਬਿਮਾਰੀਆਂ ਨੂੰ ਦੋ ਭਾਗ ਕਰਨਗੇ, ਗਰੀਬੀਆਂ ਨੂੰ ਦੋ ਭਾਗ ਕਰਨਗੇ, ਮੁਸ਼ਕਲਾਂ ਨੂੰ ਪਰੇਸ਼ਾਨੀਆਂ ਨੂੰ ਦੋ ਭਾਗ ਕਰਨਗੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ। ਇਸ ਬਾਅਦ ਵਿੱਚ ਬੋਲੀ ਆਮੀਨ। ਕਿੰਨੇ ਜਣੇ ਵਿਸ਼ਵਾਸ ਕਰਦੇ ਨੇ, ਯੂ ਨੋ ਆਲਰੇਡੀ ਉਹ ਫਾਇਰ, ਤੁਹਾਡੀਆਂ ਜ਼ੁਬਾਨਾਂ ਅੱਗ ਦੀਆਂ ਜ਼ੁਬਾਨਾਂ ਬਣ ਚੁੱਕੀਆਂ ਨੇ। ਉਹ ਗੋਦੜੀ ਉਹ ਮਸਾ ਆਲਰੇਡੀ ਤੁਹਾਡੇ ਲਾਈਫ ਦੇ ਉੱਪਰ ਠਹਿਰ ਚੁੱਕਿਆ ਆ, ਆ ਚੁੱਕਿਆ ਆ। ਜਸਟ ਤੁਹਾਨੂੰ ਕਮਾਂਡ ਕਰਨ ਦੀ ਲੋੜ ਹੈ, ਇਹ ਗਰੀਬੀ ਇਹ ਦੁਸ਼ਟ ਆਤਮਾ ਮੈਂ ਤੈਨੂੰ ਕਮਾਂਡ ਕਰਦੀ ਹਾਂ, ਮੈਂ ਤੈਨੂੰ ਹੁਕਮ ਕਰਦੀ ਹਾਂ, ਸਾਡੇ ਘਰ ਦੇ ਵਿੱਚੋਂ ਸਾਡੇ ਜੀਆਂ ਦੇ ਵਿੱਚੋਂ ਆਊਟ। ਆਮੀਨ। ਅਲੀਸ਼ਾ ਨੇ ਕਿਹਾ ਵੇਅਰ ਇਜ਼ ਦਾ ਗੋਡ, ਏਲੀਆ ਦਾ ਪਰਮੇਸ਼ਰ ਕਿੱਥੇ ਹੈ? ਜਸਟ ਗੋਦੜੀ ਮਾਰੀ ਪਾਣੀ ਦੇ ਉੱਪਰ, ਪਾਣੀ ਦੋ ਭਾਗ ਹੋ ਗਿਆ। ਤੁਹਾਡੇ ਨਾਲ ਅਜਿਹਾ ਹੋਣ ਵਾਲਾ ਹੈ ਯੇਸ਼ੂ ਮਸੀਹ ਦੇ ਨਾਮ।